ਸਤਿਕਾਲ ਚੱਡਾ ਸਾਹਿਬ, ਸਤਿਕਾਲ ਆਂਟੀ ਸਰਪੰਚ ਜੀ। ਅੱਜ ਦਾ ਵਲੌਗ ਕਾਫੀ ਕੋਲਡ ਕਾਫੀ ਆ। ਚੱਡਾ ਜੀ ਤੁਸੀਂ ਸੇਵਾ ਪੂਰੀ ਘੈਂਟ ਕੀਤੀ ਸਾਡੀਆਂ। ਮੈਂ ਵੀ ਅਕਰ ਮਾਨ ਨਾ ਬੈਠੇ ਵਿੱਚ ਚੱਡਾ ਸਾਹਿਬ ਕਹਿੰਦੇ ਅਸੀਂ ਵੀ ਢੀਠ ਹੋਏ ਹਾਂ ਪੁੱਤ। ਆਜੋ ਚੱਡੇ ਵੀਰ ਆਪਣਾ ਭਰਾ ਏ। ਬੈਠੋ, ਪਾਉ ਪਾਉ ਕਰਨਾ, ਪਾਉ ਪਾਉ ਹਾਂ ਪਾਉ। ਚੱਡਾ ਸਾਹਿਬ ਹੋ ਗਈ ਪਾਉ ਪਾਉ, ਪੂਰੀ ਹੋ ਗਈ ਪਾਉ ਪਾਉ। ਚਲੋ ਸਰਪੰਚ ਸਾਹਿਬ ਬਣਾ ਲਈਏ ਕੋਈ ਵੀਡੀਓ ਹੁਣ। ਤੇਰਾ ਨਵਾਂ ਦਿਲਦਾਰ ਸਾਡੇ ਵਾਂਗ ਤੇਰਾ ਖਿਆਲ ਦੱਸ ਰੱਖਦਾ ਕਿ ਨਹੀਂ। ਤੇਰਾ ਨਵਾਂ ਦਿਲਦਾਰ ਸਾਡੇ ਵਾਂਗ ਤੇਰਾ ਖਿਆਲ ਦੱਸ ਰੱਖਦਾ ਕਿ ਨਹੀਂ। ਸਾਡਾ ਬਾਟੀ ਸਰਪੰਚ ਹੁਣ ਮਿਲੋ ਸਾਡੇ ਨਾਲ। ਇੱਕ ਵੀਡੀਓ ਬਣਾਈਏ, ਮੇਰੀ ਗੱਲ ਸੁਣੋ। ਬੋਲੇ ਤੁਸੀਂ ਮਸ਼ਹੂਰ, ਮੈਂ ਤੁਹਾਨੂੰ ਕਾਫੀ ਪਿਆਣੀ ਆ, ਤੁਸੀਂ ਕੰਮਾਂ ਵੀ ਲੱਗਣਾ। ਹਾਏ 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 ਹਾਏ, ਮਜ਼ੇ ਹੋਊਗਾ ਕਿ ਨਹੀਂ? ਤਾਂ ਜਵਾਕ ਦੇ ਤਾਂ ਦੇਹ ਸਾਲਿਆ ਕਲੈਮ ਕਰ ਗਿਆ। ਤੈਨੂੰ ਲੈ ਕੇ ਕਾਫੀ ਵੀ ਅਸੀਂ ਕੋਈ ਗੱਡੀ ਚ ਤੇਲ ਵੀ ਮੈਂ ਪਵਾਇਆ, ਘੋੜੇ ਦਾ ਖੁੰਡਾ ਵੇਚ ਕੇ ਮੈਂ ਦਿੱਤਾ ਇਕੱਠਾ ਕਰਕੇ ਚੇਚਾ ਚ ਫਿਰ 1100 ਦਾ। ਚਾਬੀ ਦੇ ਕੇ ਜਿਵੇਂ ਗੁੱਡਾ ਨੀ ਛੱਡਿਆ ਹੁੰਦਾ। ਕਿੱਧਰ ਬਣਾਉਣੀ ਆ, ਘੋੜੇ ਲਾਗੇ ਬਣਾਈਏ। ਉਹ ਇੱਕ ਬਣਾਉਣੀ ਸੱਜ ਦੂਜੀ ਵੀਡੀਓ ਯਾਰ, ਪਾਉ ਪਾਉ ਵਾਲੀ। ਇੱਕ ਕੁੜੀ ਬੰਨ ਕੇ ਗਈ ਹੋਣੀ, ਨਿਸ਼ਾਨੀ ਦੇ ਗਈ ਹੋਣੀ ਇਹਨੂੰ ਹੋਣਾ। ਚੱਡਾ ਸਾਹਿਬ ਬੰਟੀ ਉਰਾ ਓਏ, ਫੋਲੋਇੰਗ ਆਫਟਰ
ਕੱਲੇ ਵਾਲ ਨੀ ਵਧਾਏ ਜਾਂਦੇ ਮੇਰੀਏ, ਮੈਂ ਬੰਦੇ ਵੀ ਵਧਾਏ ਬੜੇ ਨੇ, ਨਾ ਵਾਲ ਵਾਲ ਵਧਾ ਲੈ ਨਾ। ਸਤਿ ਸ਼੍ਰੀ ਅਕਾਲ ਜੀ, ਮੈਂ ਤੁਹਾਡਾ ਆਪਣਾ ਮਨ ਵੀ ਚੱਡਾ ਭਰਾਵਾਂ ਨੂੰ ਬੇਨਤੀ ਕਰਨਾ ਚਾਹੁੰਦਾ ਬਈ, ਚੋਣਾਂ ਦਾ ਟਾਈਮ ਹੈ ਤੇ ਮੈਂ ਕਿਸੇ ਪੋਲੀਟੀਕਲ ਪਾਰਟੀ ਨੂੰ ਨਹੀਂ ਸਪੋਰਟ ਕਰਨ ਕਹਿਣਾ, ਪਰ ਆਪਣੀ ਵੋਟ ਜ਼ਰੂਰ ਪਾ ਕੇ ਆਇਓ ਜੀ। ਵੋਟ ਪਾਉਣਾ ਤੁਹਾਡਾ ਹੱਕ ਹੈ। ਜਿਹੜਾ ਵੀ ਮੇਰਾ ਵੀਰ ਭਰਾ ਭੈਣ 18 ਸਾਲ ਤੋਂ ਵੱਡਾ, ਉਹ ਆਪਣਾ ਹੱਕ ਜ਼ਰੂਰੀ ਹੈ ਆਪਣਾ ਭੁਗਤਾ ਕੇ ਆਉਣਾ। ਆਪਾਂ ਨੂੰ ਸੰਵਿਧਾਨ ਨੇ ਇੱਕ ਹੱਕ ਦਿੱਤਾ ਜਦੋਂ ਬੰਦਾ ਬਿਲਕੁਲ ਸਹੀ 18 ਸਾਲ ਤੋਂ ਵੱਡਾ ਹੋ ਜਾਂਦਾ ਹੈ ਵੋਟ ਪਾਉਣ ਦਾ, ਰਾਈਟ ਟੂ ਵੋਟ। ਇਹ ਜ਼ਰੂਰੀ ਸੂਚਨਾ ਕਿੱਦਣ ਆ ਵੋਟਾਂ 20 ਫਰਵਰੀ ਨੂੰ ਮਤਦਾਨ ਕਰਕੇ ਚੰਗੀ ਸਰਕਾਰ ਆਪਣੇ ਸਾਰੇ ਯੂਥ ਵਾਲੇ ਵੀਰਾਂ ਦਾ ਜਿੰਮਾ ਬਣਦਾ ਕਿ ਆਪਾਂ ਇੱਕ ਚੰਗੀ ਸਰਕਾਰ ਸਿਰਜੀਏ ਜੋ ਕਿ ਆਪਣੇ ਫਿਊਚਰ ਨੂੰ ਅੱਗੇ ਰੱਖਦੇ ਹੋਏ ਫੈਸਲੇ ਲਵੇ। ਸਤਿ ਸ਼੍ਰੀ ਅਕਾਲ ਜੀ ਸਾਰਿਆਂ, ਤੁਹਾਡਾ ਵੀਰ ਬਾਂਡੀ ਸਰਪੰਚ ਆਪਣੇ ਮਾਣ ਸਨਮਾਨ ਚੱਡਾ ਵੀਰ ਜੀ, ਮਨਪ੍ਰੀਤ ਚੱਡਾ ਵੀਰ ਜੀ। ਮਤਲਬ ਜੇ ਬਾਈ ਹੋਣੀ ਕਿਤੇ ਕੋਠੇ ਕੋਠੀ ਤੋਂ ਡਿੱਗ ਸਕਦੇ ਨੇ ਤਾਂ ਬਾਈ ਨੂੰ ਲਹਿਦਾ ਇਕੱਠਾ ਕਰਨਾ ਪੈਣਾ, ਚੱਡੇ ਨੂੰ ਲਹਿਦਾ ਇਕੱਠਾ ਕਰਨਾ ਪੈਣਾ। ਸੋ ਇਸ ਹਿਸਾਬ ਨਾਲ ਬਾਈ ਪੋਲੀਟਿਕਸ ਦੇ ਵਿੱਚ ਇੰਨਾ ਕੀ ਸੋਮਵਾਰ ਸ਼ਾਇਦ ਦੇਖੋ ਚੱਲੇ ਚੱਡਾ ਸਾਹਿਬ, ਕੀ ਕਹਿਣ ਡਿਆ? ਓਕੇ ਚੰਗਾ ਬੰਟੀ ਭਾ, ਮਿਲਦੇ ਆ। ਓਕੇ ਬੰਟੀ, ਠੀਕ ਹੈ, ਡਰ ਨਹੀਂ, ਮਿਲਦੇ ਆ ਜਲਦੀ। ਮੈਂ ਆਉਣਾ ਫਿਰ ਚੰਡੀਗੜ੍ਹ ਨੂੰ, ਤਾਂ ਵੱਡੇ ਜਿਹੇ ਗੱਡੇ ਤੋਂ ਵਿਹਲੇ ਰਿਹੋ ਗੱਡੇ ਤੋਂ ਆਪਣੇ ਦਾ, ਠੀਕ ਆ ਪਰਸੋਂ ਓਕੇ ਜਾਣ ਓਕੇ ਮੇਰਾ ਭਰਾ, ਚਲਾ ਚਲੀਏ। ਹੁਣ ਮੈਂ ਉਧਰੋਂ ਜਦੋਂ ਵੀ ਮੈਨੂੰ ਮੇਰੀ ਗੱਲ ਸੁਣੋ ਨਾ, ਉਧਰੋਂ ਜਦੋਂ ਫੋਨ ਆਇਆ ਕਰਦੇ ਉਹ ਗੇਟ ਲਾਉਣਾ ਪੈਣਾ ਬੰਦੇ ਨੂੰ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ, ਵਲੌਗ ਨੂੰ ਪਿਆਰ ਦਿਓ, ਬਾਏ ਬਾਏ, ਟੇਕ ਕੇਅਰ।